ਜ਼ਰਾਇਦ ਰਿਪੋਰਟ ਦੇ ਮੁਤਾਬਿਕ ਚਾਰ ਸ਼ੂਟਰ ਫੜੇ ਗਏ ਨੇ ਤੁਸੀਂ ਦੱਸਿਓ ਉਹਨਾਂ ਦੀ ਡੀਲ ਕਿਸ ਤਰ੍ਹਾਂ ਹੋਈ ਤੇ ਕਿੰਨੇ ਚ ਹੋਈ ਤੇ ਕਿਹਨੇ ਕਿਹਨੇ ਕਰਾਈ ਆ ਸਾਰੀ ਡਿਟੇਲ ਸਾਨੂੰ ਦੱਸੋ ਕਿਉਂਕਿ ਜਿਹੜੇ ਸ਼ੂਟਰ ਸੀ ਉਹਨਾਂ ਨੇ ਆਪਣਾ ਹਲਫੀ ਬਿਆਨ ਦਿੱਤਾ ਕਿ ਸਾਨੂੰ ਮਸਬ ਨੇ ਕਿਹਾ ਸੀ ਕਿ ਦੋ ਪੰਜ ਪੰਜ ਮਰਲੇ ਦੇ ਘਰ ਲੈ ਲਓ ਤੇ ਨਾਲ ਤੁਹਾਨੂੰ 5 ਲੱਖ ਰੁਪਏ ਨਕਦ ਦੇ ਦੇਣਾ 25 ਪੁਲਿਸ ਨੂੰ ਮੁਕਾਬਲੇ ਚੇਲੀ ਕਰਨ ਡੇਲੀ ਕਰਨ ਜੇਲ੍ਹ ਜੋ ਕੈਂਪ ਜੇਲ੍ਹ ਜੋ ਵੀ ਗੁੱਟਨ 10-12 ਬੰਦੇ 10-12 ਕੋੜ ਲੱਖ ਪਾਤਾ ਗੁੱਟਨ 5 ਜੀ ਬੰਦੇ ਮਾਰਨ ਜਿਹੜੇ ਰਿਕਾਰਡ ਆਫਸਰਾਂ فیر اور پنجی کڈن انہوں نے مرن تین چار دن پانچ دن ایسے سائی جاری رہے لو جیہاں سارے پچھتر پولیس مقابلے کر رہے ہیں جن لو اور دا من با اللہ نہ ہر بندہ لینڈ جو کلونا شروع کر دے گا ختم کرو یہ آرہ دشمنی کچھ بھی نہیں یہ پہ ہے دس جنادے ہو چکے لو پھر کسے روٹ کے سلاح کر رہے نہیں اسلام علیکم تسی ویک رہے شان پاکستان تو میں تو دیسی اینکر زائد کا ہے اس ٹائم پاکستان دے بلکہ برے سکیر دے ویچے اگر میری نظر نہ بکھا جائے میں اپنی رائے دے رہے ہیں ਕਾਫੀ ਲੋਕ ਇਸ ਗੱਲ ਤੇ ਇਤਰਾਜ਼ ਵੀ ਕਰਦੇ ਨੇ ਲੇਕਿਨ ਮੇਰੀ ਰਾਏ ਦੇ ਮੁਤਾਬਿਕ ਬਰੇ ਸਿਗਰ ਜਿਹੇ ਇਸ ਟਾਈਮ ਜਿਹੜੇ ਬਿਗ ਕ੍ਰਾਈਮ ਰਿਪੋਰਟਰ ਨੇ ਸ਼ਾਹ ਚੌਧਰੀ ਸਾਹਿਬ ਕਿਉਂਕਿ ਸ਼ਾਹ ਚੌਧਰੀ ਸਾਹਿਬ ਕੋ ਜਿਹੜੀ ਅਪਡੇਟ ਆਂਦੀ ਜਿਹੜੀ ਰਿਪੋਰਟ ਆਂਦੀ ਜਿਹੜੀ ਖਬਰ ਆਂਦੀ ਏ ਉਸ ਤੋਂ ਬਾਅਦ ਕਿਤੇ ਅੱਗੇ ਜਾਂਦੀ ਏ ਇਸ ਟਾਈਮ ਜਿਹੜੀ ਖਬਰ ਮੇਰੇ ਕੋਲ ਹੈ ਇਸ ਸ਼ਾਹ ਚੌਧਰੀ ਸਾਹਿਬ ਕੋਲਾਵਾ ਇਸ ਟਾਈਮ ਕਿਸੇ ਕੋਲ ਨਹੀਂ ਆਈਗੀ ਸ਼ੂਟਰ ਪਕੜੇ ਗਏ ਨੇ ਤੇ ਸ਼ੂਟਰ ਨੇ ਕਿਹਦਾ ਕਿਹਦਾ ਨਾਮ ਲਿਆ ਤੇ ਕਿਸ ਤਰ੍ਹਾਂ ਇਹਨਾਂ ਦੀ ਡੀਲ ਹੋਈ ਤੇ ਕਿੰਨੇ ਚ ਡੀਲ ਹੋਈ ਤੇ ਕਿਥੋਂ ਫੜੇ ਗਏ ਕਹਿੰਨੇ ਫੜੇ ਇਹ ਸਾਰੀ ਡਿਟੇਲ ਅਸੀਂ ਸ਼ਾਇਦ ਚੌਧਰੀ ਸਾਹਿਬ ਨੇ ਡਿਸਕਸ ਕਰਾਂਗੇ ਤੇ ਗੱਲ ਕਰਦੇ ਆਂ ਅਸਲਾਮੁਅਲੈਕੋ ਭਾਜੀ ਵਾਲੇਕੁਮ ਸਲਾਮ ਜਨਾਬੇ ਅਲੀ ਕੀ ਹਾਲ ਹੈ ਠੀਕ ਹੋ ਭਾਜੀ ਕੀ ਹਾਲ ਹੈ ਅੱਲਾ ਦਾ ਸ਼ੁਕਰ ਭਾਜੀ ਸ਼ੂਟਰ ਫੜੇ ਗਏ ਨੇ ਫਿਰ ਮੈਨੂੰ ਕਹਦੇ ਹੋ ਮੈਂ ਵੱਡਾ ਕ੍ਰਾਈਮ ਰਿਪੋਰਟਰ ਆਂ ਪ੍ਰੈਸਗੀਰ ਦਾ ਉਹ ਤੁਸੀਂ ਕੀ ਬਲਾਵਾ ਪਾਈਆਂ ਗਿਓ ਕਿਥੋਂ ਲੱਭ ਲੈਂਦੇ ਹੋ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਇਹ ਤਾਂ ਮੈਂ ਪ੍ਰੋਗਰਾਮ ਵੀ ਅਪਲੋਡ ਨਹੀਂ ਕੀਤਾ ਤੁਹਾਨੂੰ ਕਿਨੇ ਦੱਸਿਆ ਗਿਆ ਆ ਕਾ ਮੈਨੂੰ ਦੱਸੋ ਮੇਰੇ ਤੋਂ ਦਫ਼ਤਰ ਦਾ ਕੋਈ ਬੰਦਾ ਤਾਂ ਨੰਦੇ ਨਹੀਂ ਰਲਿਆ ਸਾਨਾ ਤਾਂ ਚਲੋ ਦਫ਼ਤਰ ਦਾ ਬੰਦਾ ਰਲਿਆ ਪਰਨਲ ਕਿਹੜਾ ਕਿਹੜਾ ਨਾਲ ਲਿਆ ਮੈਨੂੰ ਇਹ ਦੱਸੋ ਕਿ ਤੁਹਾਡੇ ਪੁੱਤਰ ਪੂਟ ਇੰਜ ਆਉਂਦੇ ਮੇਰੀ ਗੱਲ ਸੁਣੋ ਮੇਰੇ ਨਾਲ ਅਲਹਮਦੁਲਿਲਾ ਸਾਰੇ ਆਧਾਰੇ ਮੇਰੇ ਨਾਲ ਮੇਰੇ ਨਾਲ ਮੈਂ ਆਪਣੇ ਆਧਾਰਿਆਂ ਦੇ ਨਾਲ ਆ ਇਹ ਲੋਕੀ ਥੱਲੇ ਲੈ ਦਿੰਦੇ ਨੇ ਜਸਟਿਸ ਫਾਰ ਅਮੀਰ ਬਲਾਜ ਹਾਂਜੀ ਇਹਨਾਂ ਨੂੰ ਇੱਕ ਗੱਲ ਪੁੱਛ ਸਕਣਾ ਤੁਹਾਡੇ ਚੈਨਲ ਤੋਂ ਪੁੱਛੋ ਤੇ ਜੇ ਰੁਸ ਗਏ ਤੇ ਫਿਰ ਨਹੀਂ ਜਿਹੜੀ ਗੱਲ ਉਹ ਜੋ ਪੁੱਛਣਾ ਨਹੀਂ ਬਣਾਉਂਗਾ ਮੈਂ ਨਹੀਂ ਬਣਾਉਂਦਾ ਨਹੀਂ ਨਹੀਂ ਉਹ ਵੀ ਨਹੀਂ ਇਹਨਾਂ ਨੂੰ ਕਹੋ ਅੱਜ ਜਸਟਿਸ ਫਾਰ ਅਮੀਰ ਬਲਾਜ ਦੇ ਥੱਲੇ ਨਾ ਆਪਣੀ ਆਪਣੀ ਓਪੀਨੀਅਨ ਦਿਓ ਤੁਸੀਂ ਕਿਹੋ ਜਿਹਾ ਜਸਟਿਸ ਚਾਹੁੰਦੇ ਮੰਨਣ ਕਾ ਤੁਹਾਡੀ ਗੱਲ ਮੰਨਣ ਜੇ ਤੁਸੀਂ ਕਹੋ ਨਾਜ਼ਰੀਨ ਤੁਸੀਂ ਨਾ ਅੱਜ ਜਸਟਿਸ ਫਰ ਮੀਰ ਬਲਾਈ ਲਿਖਦੇ ਨਾ ਮੇਰੇ ਕੰਨ ਪੱਕ ਗਏ ਨੇ ਸੁਣ ਸੁਣ ਕੇ ਮੇਰੀਆਂ ਅੱਖਾਂ ਜਿਹੜੀਆਂ ਦਰਦ ਕਰਨੀਆਂ ਸ਼ੁਰੂ ਹੋ ਗਈਆਂ ਨੇ ਇਹ ਦੇਖਦੇ ਕਿ ਤੁਹਾਨੂੰ ਥੱਲੇ ਤੁਸੀਂ مسلسل ਲਿਖਦੇ ਹੋ ਬੜੀ ਮੁਹੱਬਤ ਕਰਦੇ ਹੋ ਅੱਛੀ ਗੱਲਾਂ ਕਰਨੀ ਚਾਹੀਦੀ ਅੱਜ ਮੈਨੂੰ ਥੱਲੇ ਦੱਸਣਾ ਤੁਸੀਂ ਜਸਟਿਸ ਚੰਦ ਕਿਸ ਤਰ੍ਹਾਂ ਤੁਹਾਡੀ ਨਜ਼ਰ ਵਿੱਚ ਜਸਟਿਸ ਹੈਗਾ ਕੀ আর ਨਾਲ ਇੱਕ ਗੱਲ ਹੋਰ ਲਿਖ ਦੇਣਾ ਤੁਸੀਂ ਆਪਣੇ ਚਾਨ ਵਾਲੇ ਦੇ ਜਨਾਜ਼ੇ ਚੁੱਕ ਕੇ ਜਾ ਕੇ ਕਬਰਸਾਂ ਚ ਦਫਨਾਏ ਨੇ ਕਿੰਨੇ ਜਨਾਜ਼ੇ ਚੁੱਕੇ ਇਹ ਵੀ ਗੱਲ ਨਾ ਲਾਜ਼ਮੀ ਲਿਖਣੀ ਹੈ پھر میں تو انہوں دا جواب دیاں گا نا دے کمنٹ باکس ہی آگے نا کہ جسٹس کیے گا اور کیے اور انصاف دے تقاضے کینے نے جنہوں نے میں پورے کرندی کوشش کر رہے ہیں تو انہوں نے پھر سمجھا مانگا آج جا جسچس فار میر بلاج دے تھے نا اپینین لازمی دینے گے چلو یہ گیا ہو بلکل دینے گے ذرائد ریپورٹ دے مطابق چار شوٹر پڑے گئے نے ਤੁਸੀਂ ਦੱਸਿਓ ਉਹਨਾਂ ਦੀ ਡੀਲ ਕਿਸ ਤਰ੍ਹਾਂ ਹੋਈ ਤੇ ਕਿੰਨੇ ਚ ਹੋਈ ਤੇ ਕਿੰਨੇ ਕਿੰਨੇ ਕਰਾਈ ਆ ਸਾਰੀ ਡਿਟੇਲ ਸਾਨੂੰ ਦੱਸੋ ਕਿਉਂਕਿ ਜਿਹੜੇ ਸ਼ੂਟਰ ਸੀ ਉਹਨਾਂ ਨੇ ਆਪਣਾ ਹਲਫੀ ਬਿਆਨ ਦਿੱਤਾ ਉਹਨਾਂ ਨੇ ਹਰ ਚੀਜ਼ ਦੱਸ ਦਿੱਤੀ ਇਹ ਸਾਰਾ ਮਾਮਲਾਤ ਕੈਮ ਹੈ ਤੁਸੀਂ ਦੱਸੋ ਜ਼ਰਾ ਹੋਇਆ ਇਸ ਤਰ੍ਹਾਂ ਇਹ ਚਾਰ ਨਹੀਂ ਫੜੇਗੇ ਫੜੇਗੇ ਨੇ ਤਿੰਨ ਅੱਛਾ ਚੌਥਾ ਜਿਹੜਾ ਆਰਫ ਪਟਿਓ ਨੇ ਇੰਟਰਮ ਬੇਲ ਕਰਾ ਲਈਏ ਅੱਛਾ ਉਹਨੂੰ ਜ਼ਮਨੀਆ ਦਾ ਸਫਾ ਨਾ ਲਾ ਕੇ ਹੋਣਾ ਮੈਂ ਇਸ ਕੇਸ ਗ੍ਰਫਤਾਰ ਹੋ ਸਕਣਾ ਉਹਨੂੰ ਅਦਾਲਤ ਨੇ ਬੇਲ ਦੇ ਦਿੱਤੀ ਇਹ ਵੀ ਗੱਲ ਸਾਹਮਣੇ ਆਈ ਹੈ ਹਮਮ ਔਰ ਬਾਅਦ ਜਿਹੜੇ ਤਿੰਨ ਸ਼ੂਟਰ ਫੜੇਗੇ ਉਹਨਾਂ ਨਾਲ ਚੀਕ ਹੈ ایک ہے جی وہ الیاس ایک جی افضل یہ تین فٹے گئے ہیں جڑا الیاس سے انہوں نے پشاور کے کسی سینمے فلائٹ سن اس پولیس فٹ کے لیا ہے پولیس نے تفتیش کی وہ نے کہا جی اِسی جو کچھ کی کیا امیر مسہب کے کہنے سے کیا ہوں دیکھو اس بیان تو بعد جا انہوں نے تفتیش ہے بھی گل منظرآمد لیا کہ سانو مسحب نے کیا اس کے دو پانچ پانچ مرلے کے گھر لے لو تعہیں پانچ لاکھ روپئے نقد دے دوں تین دن اِسی ریکی کی, کی پلیننگ کے مطابق مسحب دبئی چلا گیا ਅਸੀਂ ਪਿਛਾ ਕੰਮ ਬਾਤ ਹੈ ਹੁਣ ਇਹਦੇ ਕੰਮ ਦੇ ਪੈਨਚ ਅਗਰ ਹਾਲਾਤ ਹੈ ਹੀ ਨੇ ਜੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਪ੍ਰੈਸ ਕਾਨਫਰੰਸ ਵੀ ਹੈ ਹੀ ਦੀਏ ਫਿਰ ਦੋਨੋਂ ਪਾਰਟੀਆਂ ਮੇਰੀ ਨਜ਼ਰ ਚ ਲੰਗੀਆਂ ਹੋਈਆਂ ਹੂੰ ਉਹਦੀ ਵਜ੍ਹਾ ਐ ਨਹੀਂ ਵੇਖਣ ਦਾ ਟਾਈਮ ਹੈਗਾ ਇਨਸਾਫ ਹੈ ਵੇ ਜਸਟਿਸ ਫਾਰ ਅਮੀਰ ਬਲਾਜੜਾ ਨਾ ਹੋਇਆ ਹੈਗਾ ਜੇ ਮੇਰੀ ਨਜ਼ਰ ਕਿ ਫੇਰਾ ਦੇਖਣਾ ਪੈਂਦਾ ਐ ਨਹੀਂ ਦੇਖਣਾ ਚਾਹੀਦਾ ਕਿੰਨੇ ਜ਼ਿਆਦਾ ਨੁਕਸਾਨ ਕੀਤਾ ਹੈ ਫੇਰਾ ਦੇਖਣਾ ਪੈਂਦਾ ਹੈ ਕਿ ਦੋਨੋਂ ਪਾਰਟੀਆਂ ਬਰਾਬਰੀ ਸਤਾ ਤੇ ਆ ਗਈਆਂ ਕਿਉਂਕਿ ਉਹਦੇ ਪਨਵਈਏ ਦਾ ਕਿਸੇ ਤੀਫੀ ਬੰਦੇ ਦੇ ਕੰਮ ਨਾਲ ਹੱਥ ਨਹੀਂ ਹੁੰਦੇ ਨਹੀਂ ਸੀ ਹੈਗਾ انہوں کیوں مارا گیا صرف ایسے گلو تیفی پڑھتا ہوئی سی لہذا مرنا لینا بندہ جا نہیں ساگتا ہے دونوں پارٹیاں اپنے قبلے درست کر لینا اینا دونوں پارٹیاں نہیں کوشش ہے ساڑھی حمزہ شباز پوڈی سلحی لسکر پوے میاں سلم اقبال پوے میاں یوسف صلاح الدین پہن اندرون شہر والے ساری سلح خواجہ سعد رفیق ساڑھی ساری سلح بڑے بڑے تاجر پہن لوگوں نے ہوئے وہ یہ شو شا والا ٹائم نہیں ہے ਇਹ ਟਾਈਮ ਹੈਗਾ ਚੁੱਪ ਕਰ ਕਰ ਆਮਨ ਸੁਲਾ ਕਰ ਲੋ ਤੇ ਜਫੀਆਂ ਪਾ ਲੋ ਇਹਨੂੰ ਮੁਕਾ ਲੋ ਕੰਮ ਨੂੰ ਇਹ ਬੜਾ ਵੱਡਾ ਸਿਆਬਾ ਬਣਨ ਲਗਾ ਇਹ ਲਾਹੌਰ 'ਚ ਸਾਡੀ ਪੁਲਿਸ ਉਹਨੇ ਹਾਲਾਤ ਹੈ ਪੁਲਿਸ ਪੁਰਾਣੇ ਪਾਟੇ ਬਲੇਡਰਾਂ ਨਾਲ ਜਿਹੜੇ ਰਿਟਾਇਰ ਪੁਲਿਸ ਅਫਸਰ ਉਹਨਾਂ ਨਾਲ ਮੀਟਿੰਗਾਂ ਕਰਨ ਦੇ ਰਹੇ ਨੇ ਕਿ ਤੁਸੀਂ ਹਾਲਾਤ ਕਿਸ ਤਰ੍ਹਾਂ ਕੰਟਰੋਲ ਕੀਤੇ ਤੁਸੀਂ ਇਹ ਗੱਲ ਕਹਿ ਸਕਦੇ ਪਾਟੇ ਬਲੇਡਰ ਪੁਰਾਣੇ ਪੁਲਿਸ ਦਾ ਨਹੀਂ ਅਸੀਂ ਨਹੀਂ ਕਹਿ ਸਕਦੇ ਮੈਂ ਕੀ ਕਹਿੰਦੇ ਆ ਮੈਕਸ ਕੋਲੋਂ ਕਹਿਣ ਦੇ ਜੇ ਕੋਈ ਮੈਨੂੰ ਪੁੱਛੇਗਾ ਤਾਂ ਮੈਂ ਜਵਾਬ ਦੇਣਾ ਉਹ ਪਾਟੇ ਬਲੇਡਰ ਹੁਣ ਮੇਰੀ ਗੱਲ ਸੁਣੋ

75 ਕੇ ਬੰਦੇ ਮਰ ਗਏ ਨਾ ਜੇਲ੍ਹਾਂ ਚੋਂ ਕੱਢ ਕੇ ਵੱਡੇ ਵੱਡੇ ਰਿਕਾਰਡ ਯਾਫਤਾ ਐਡੇ ਗੱਡੀਆਂ ਗੱਡੀਆਂ ਕਾਰ ਲਿਫਟਰ ਨੇ ਵੱਡੇ ਵੱਡੇ ਡਕੀਏ ਤੇ ਨੇ ਵੱਡੇ ਜਿਹਨਾਂ ਨੇ ਡਕੀਤੀਆਂ ਜਨਾਹ ਕੀਤੇ ਨੇ ਵੱਡੇ ਕ੍ਰਾਈਮ ਵਾਲੇ ਜ਼ਰੂਰੀ ਨੇ ਕਿ ਜਨਾਹ ਲਈ ਜਿਹੜੇ ਵੱਡੇ ਡਾਕੂ ਨੇ ਹਿਸਟਰੀ ਜੇਲ੍ਹਾਂ ਚੋਂ ਨਾ ਪਤਾ ਲੱਗ ਜਾਂਦਾ ਕਹਿੰਦਾ ਕਸਮਾਂ ਨੂੰ ਗਾਣੇ ਬਾਹਰ ਜਾ ਕੇ ਬਾਦ ਆਣੇਗੇ ਨਹੀਂ ਆਣਾ ਜਿਹਨਾਂ ਨਹੀਂ ਬਾਦ ਆਣਾਂ ਨੂੰ ਚੁੱਕ ਲਿਆ ਗਾ ਜੇਲ੍ਹਾਂ ਬਾਹਰ ਕੱਢ ਕੇ ਮਾਰਦੇ ਲੋ ਜੀਆ ਸਾਰੇ 75 ਪੁਲਿਸ ਮੁਕਾਬਲੇ ਕਰ ਰਹੇ ਨੇ ਜੇ ਲਾਹੌਰ ਦਾ ਅਮਨ ਬਹਾਲ ਲੈਣਾ ਹਰ ਬੰਦਾ ਲੈਣ ਚ ਖਲੋਣਾ ਸ਼ੁਰੂ ਕਰ ਦਿਆ ਪੁਲਿਸ ਦਾ ਡਰ ਖੋਪ ਹੈ ਸਾਡੀ ਪੁਲਿਸ ਜਿਹੜੀ ਦਾ ਖੋਫ ਹੈ ਹੋਰ ਤਰ੍ਹਾਂ ਦਾ ਕਿ ਪਹਿ ਦੇ ਉਹ ਤੇ ਵਿਗ ਜੰਦੇ ਨੇ ਜਿੰਨੀ ਦੇਰ ਤੱਕ ਪ੍ਰੈਸ਼ਰ ਸਖਤ ਇਕਦਮ ਆਦੀ ਸ਼ਕਲ ਸਾਹਮਣੇ ਨਹੀਂ ਨਾ ਪੂਰੇ ਧਮਰਾਲ ਉੱਤੇ ਨਹੀਂ ਆਣਾ ਇਹ ਗੱਲ ਹੀ ਨਾ ਹੋਵੇ ਕੋਈ ਇਹ ਕਬਈ ਨਾ ਇਹ ਲੋਕੀ ਕਹਿੰਦੇ ਯਾਰ ਪੁਲਿਸ ਹਾਲੇ ਬੜੇ ਜ਼ਾਲਮ ਨੇ ਪੁਲਿਸ ਹਾਲੇ ਫਰਾਉਨ ਬਣ ਗਏ ਨੇ ਪੁਲਿਸ ਹਾਲੇ ਯਜ਼ੀਦ ਬਣ ਗਏ ਨੇ ਇਹ ਗੱਲ ਕਾਬਲੇ ਕਬੂਲੇ ਇਹ ਜਿਹੜੀ ਗੱਲ ਨਾ ਕਾਲੀਆਂ ਭੇਡਾਂ ਐਲਾਨ ਦੇ ਇਹ ਪੁਲਿਸ ਮਹਿਕਮੇ ਤੇਰਾ ਸਵਾਲੀਆਂ ਨਿਸ਼ਾਨ ਹੈ ਵਿੱਚ ਥੋੜੀਆਂ ਗੰਦੀਆਂ ਮੱਛੀਆਂ ਨੇ ਇਹਨਾਂ ਦੀ ਇਹਨਾਂ ਨੂੰ ਪਰੇ ਕਰਕੇ ਇਹਨਾਂ ਨੇ ਦੁਕਾਨਾਂ ਲੱਗੀਆਂ ਨੇ ਪੁਲਿਸ ਅਫਸਰ ਦੇਖੋ ਪਾਰਟੀਆਂ ਬਣ ਗਏ ਨੇ ਹੁਣ ਨਹੀਂ ਇਹ ਪੁਰਾਣੀ ਰਵਾਇਤ ਚੱਲਦੀ ਆ ਰਹੀਆਂ ਨੇ ਇਹਨਾਂ ਨੂੰ ਸਮਝ ਨਹੀਂ ਆਂਦੀ ਇਹ ਕੁਰਾਨ ਦੀ ਕਸਮੇ ਪਾਗਲ ਹਾਨੇ ਚਲੇ ਜਾਣੇ ਇਹਨਾਂ ਨੂੰ ਫਾਉਂਟੇਨ ਹੌਸ ਮਿਲਣ ਜਾਣਾ ਅਦਰ ਤੀਫੀ ਬਾੜ ਖਲੋਤਾ ਰਹਾ ਤੇ ਚਾਨਣ ਵੇਖ ਰਿਹਾ ਚਾਨਣ ਗੱਲਾਂ ਕਰ ਰਿਹਾ ਅਲ ਨਿਕਲੇ ਸੂਰਜ ਹੋਣਾ ਤੇ ਪਰਲੇ ਪਾਸੇ ਮਸਬਦਫਤ ਖਲੋਤੇ ਹੋਣਗੇ ਕੀ ਕਹਿ ਰਿਹਾ ਮੈਂ ਤੁਹਾਨੂੰ ਪਰਲੇ ਪਾਸੇ ਮਸਬਦ ਦੁਪਹਿਰ ਦੇ ਟਾਈਮ 17 ਨਾ ਗੱਲਾਂ ਕਰਨਗੇ ਫਾਉਂਟੇਨ ਹੌਸ ਜਾ ਕੇ ਉਹਨਾਂ ਨੂੰ ਮਿਲੋਗੇ ਖੁਦਾ ਪਾਗ ਦੀ ਕਸਮੇ بڑے بڑے ਵੱਡੇ ਬੰਦੇ ਪਾਗਲ ਹਾਨੇ ਚਲੇਗੇ ਨੇ ਉਹ ਮੈਂ ਇੱਕ ਸਾਿਹ ਦਾ ਮੁੰਡਾ ਪ੍ਰੈਸ਼ਰ ਤੇ ਡਿਪਰੈਸ਼ਨ ਜਾ ਕੇ ਪਾਗਲhane ਚਲਾ ਗਿਆ ਜੀ ਦੇਖੋ ਗੱਲ ਸੁਣੋ ਇਸ ਤੀਪਾ ਪੜ ਕੇ ਦੇਖੋ ਬੰਦੇ ਲੋਕੀ ਗਰ ਪਾਗਲhane ਨਹੀਂ ਗਏ ਤਾਂ ਕਬਰਸਤਾਨ ਚਲੇ ਗਏ ਓ ਇਹਨਾਂ ਦੇ ਤਾਂ ਹੁਣ ਚਾਹਦੇ ਨੇ ਸਾਡੀ ਸੁਲਾ ਪੂਰੇ ਲਾਹੌਰ ਚ ਸ਼ਸ਼ਕਲੇ ਵਜਨ ਗੱਡੀਆਂ ਜਾਨ ਲੋਕਾਂ ਦੀ ਆਮ ਤਰਫ ਦੀ ਬੜੀ ਦੁਨੀਆ ਵੀ ਚਪੈ ਗਈ ਓ ਇਹਨਾਂ ਦੇ ਤਾਂ ਅੱਧਾ ਹੰਦਾਨ ਮਰਵਾ ਲੈਣਗੇ ਦੋਨੋਂ ਘਰ ਫਸ ਗਏ ਨੇ ਨੰਗੇ ਹੋਏ ਅੱਛਾ ਮੈਨੂੰ ਇਹ ਦੱਸੋ ਮੀਰ ਮਸਬ ਤੇ ਦੁਬਈ ਹੈ ਤੇ ਤੁਸੀਂ ਕਹਿੰਦੇ ਕਿ ਉਹਨਾਂ ਨੇ ਕੀਤਾ ਇਹ ਤੇ zara ਖੋਲ ਕੇ ਦੱਸੋ ਉਹ ਤੁਸੀਂ ਪੈਸੇ ਦੇ ਕੇ ਉਹਨਾਂ ਚਲੇ ਗਏ ਹੋ ہوں جو بیان دے میں کس طرح بیان تو مکرا لوگ میں لوٹا کہیں گے اج بھی تھلے لے پیس جسٹس فار امیر بلاج حالاں مسب نال فتح نا میرے ہمدردیاں نے میں کہنا پیا کہ اپنا قتل دال دی مسئلہ جا لے کے جاؤ یعنی آئی کوٹ سیشن کو وہ یہ بے کے سلاح سفائی کر کے مکاؤ تیفی باڈ کا قتل امیر بلاج والا قتل جہاں وہ جوید باڈی والے قتل جو, جو دا اپنے پروئیے کو بیان تو آدھا ختم کرو اور مرن والے مر جانے بلاج بلا کے بچوں کون پڑھائے گا میرے جواب د امیر بلاج دی ماں نو بلاج واپس لے گا میں نے <سؤال> <باپس سؤال> <گا>؟ <سؤال> دا جواب دیا او دا کام ہے باندھا دی والدہ دا فتح نو دے مصحب نو سدھے پٹری دے چڑھا دے گا ختم کرو یہ آرہ دشمنی ہے کچھ بھی نہیں یہ پہا ہے دس جنادے ہو چکلو پھر کسے نو اٹھ کے صلاح کر رہے نہیں